ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਦੇ ਵਿੱਚ ਪੰਥ ਤੇ ਪੰਜਾਬ ਸਭ ਤੋਂ ਪਹਿਲਾਂ ਜੀ, ਤੇ ਉਸ ਦੇ ਵਿੱਚ ਜਿੱਥੇ ਜਿੱਥੇ ਕਮੀ ਆਈ ਹੈ ਉਹਦਾ ਸਾਨੂੰ ਮੁੱਲ ਵੀ ਚੁਕਾਉਣਾ ਪਿਆ। ਪਰ ਕਮੀਆਂ ਅੱਜ ਵੇਖੋ ਤੁਹਾਡੇ ਆਪਣੇ ਦੱਸ ਰਹੇ ਨੇ, ਪਹਿਲਾਂ ਤੇ ਆਮ ਪੰਥਕ ਆਗੂ ਗੱਲ ਕਰਦੇ ਸੀ ਜਾਂ ਵਿਰੋਧੀ ਧਿਰ ਗੱਲ ਕਰਦਾ ਸੀ, ਹੁਣ ਚਰਨਜੀਤ ਸਿੰਘ ਬਰਾੜ ਦੀ ਗੱਲ ਕਰ ਲਈਏ, ਪ੍ਰੇਮ ਸਿੰਘ ਚੰਦੂ ਮਾਜਰਾ ਗੱਲ ਕਰ ਲਈਏ, ਪਰ ਇਹ ਹੈ ਵੀ ਉਹ ਕਹਿੰਦੇ ਵੀ ਇਹ ਬਗਾਵਤ ਕੀਤੀ ਹੈ, ਬਾਗੀ ਧੜਾ ਕਰਕੇ ਉਹ ਫੇਮਸ ਹੋ ਰਿਹਾ, ਪਰ ਇਹ ਬਗਾਵਤ ਉਹਨਾਂ ਨੇ ਉਦੋਂ ਕਿਉਂ ਨਾ ਕੀਤੀ ਜਦੋਂ ਬੇਅਦਬੀਆਂ ਹੋਈਆਂ 2015 ਦੇ ਵਿੱਚ, ਇਹੋ ਹੀ ਗੋਲੀ ਕਾਂਡ ਹੋਇਆ, ਇਹੋ ਹੀ ਭਾਈ ਹਰਪਾਲ ਸਿੰਘ ਜੀ ਜਿਹੜਾ ਸਰਸੇ ਵਾਲੇ ਮਾਫ਼ੀਨਾਮੇ ਹੋਏ, ਸਵਾਲ ਦਾ ਜਵਾਬ ਵੀ ਆਪੇ ਦੇ ਦਿੱਤਾ। ਇਹੋ ਹੀ ਤਾਂ ਮੈਂ ਇਹਨਾਂ ਨੂੰ ਕਹਿੰਦਾ ਕਿ ਤੁਹਾਡੀ ਇੱਕ ਕੋਰ ਕਮੇਟੀ ਬਣੀ ਹੈ ਜੀ, ਸ਼੍ਰੋਮਣੀ ਅਕਾਲੀ ਦਲ ਦਾ ਤਕਰੀਬਨ ਮੇਰਾ ਖਿਆਲ ਹੈ 5000 ਦੇ ਕਰੀਬ ਛੋਟੇ ਮੋਟੇ ਅਹੁਦੇਦਾਰ ਜੀ ਜਿਹੜੇ ਹੋਣਗੇ, ਉਹਨਾਂ ਦੇ ਵਿੱਚੋਂ ਚਲੋ 200-250 ਜਿਹੜਾ ਸੈਂਟਰਲ ਲੈਵਲ ਦਾ, ਬਾਕੀ ਸਰਕਲ ਪੱਧਰ ਤੋਂ ਲੈ ਕੇ ਉੱਪਰ ਤੱਕ ਦੇਖੀਏ ਜੀ ਤੇ ਤਕਰੀਬਨ ਇੰਨੀ ਵੱਡੀ ਗਿਣਤੀ ਹੈ, ਪਰ ਉਹਦੇ ਵਿੱਚੋਂ ਜਿਹੜੀ 25-26 ਮੈਂਬਰਾਂ ਦੀ ਕੋਰ ਕਮੇਟੀ ਹੈ ਉਹਨੂੰ ਕਿੱਡਾ ਵੱਡਾ ਮਾਣ ਹੈ ਜਿਹੜਾ ਉਹਦਾ ਮੈਂਬਰ ਬਣਦਾ, ਤਾਂ ਉਹ ਆਪਣੀ ਦਲੀਲ ਦੇ ਨਾਲ ਉਦੋਂ ਗੱਲ ਕਿਉਂ ਨਹੀਂ ਰੱਖਦਾ। ਇਹ ਹੁਣ ਇੱਕ ਵੇਖੋ ਇਹ ਕੀ ਕਰਦੇ ਆ, ਕੋਰ ਕਮੇਟੀ ਦੇ ਵਿੱਚ ਕੋਈ ਵੀ ਮੀਟਿੰਗ ਹੁੰਦੀ, ਜਨਾਨੀ ਮੈਸੀ ਉੱਥੇ ਸਰਬਸੰਮਤੀ ਨਾਲ ਫੈਸਲਾ ਕਰਕੇ ਜਕਾਰੇ ਛੱਡ ਕੇ ਚਾਹ ਪਾਣੀ ਪੀ ਕੇ ਤੇ ਆ ਜਾਂਦੇ ਆ, ਤੇ ਉੱਥੇ ਕਹਿ ਵੀ ਆਉਂਦੇ ਕਿ ਪ੍ਰਧਾਨ ਸਾਹਿਬ ਤੁਹਾਡੇ ਵਰਗਾ ਕੋਈ ਵੀ ਨਹੀਂ, ਠੀਕ ਹੈ, ਤੇ ਫਿਰ ਜਦੋਂ ਬਾਹਰ ਆਉਣ ਕੇ ਵੇਖਦੇ ਆ ਗਿਣਤੀ ਮਿੰਤੀ ਲਾਉਂਦੇ ਆ, ਜੇ ਤਾਂ ਹਾਰ ਗਏ ਫਿਰ ਪ੍ਰਧਾਨ ਹੀ ਜ਼ਿੰਮੇਵਾਰ ਹੈ, ਫਿਰ ਤਾਂ ਵੇਖੋ ਜੀ ਅਸੀਂ ਤਾਂ ਬੜਾ ਰੌਲਾ ਪਾਇਆ ਸੀ, ਉਹ ਭਾਈ ਰੌਲਾ ਹੈ ਕਿੱਥੇ, ਉਹ ਰੌਲਾ ਤੁਹਾਡੇ ਦਿਲਾਂ ਦੇ ਵਿੱਚ ਰਹਿ ਗਿਆ, ਜਾਂ ਤੁਸੀਂ ਜਿਸ ਕੋਰ ਕਮੇਟੀ ਦੇ ਵਿੱਚ ਤੁਸੀਂ ਉਹ ਰੌਲਾ ਪਾਇਆ ਉਹਦਾ ਤੁਸੀਂ ਤੁਹਾਡੇ ਕੋਲ ਕੀ ਰਿਕਾਰਡ ਹੈ, ਤੁਸੀਂ ਉੱਥੇ ਗੱਲ ਕਰਕੇ ਆਏ, ਉਸ ਗੱਲ ਤੋਂ ਬਾਅਦ ਇੱਕ ਫੈਸਲਾ ਹੋਇਆ, ਉਸ ਫੈਸਲੇ ਦੇ ਉੱਤੇ ਇਲੈਕਸ਼ਨ ਲੜੇ ਗਏ, ਠੀਕ ਹੈ, ਸਾਨੂੰ ਪਤਾ ਲੱਗਾ ਵੀ ਮਰਜ਼ੀ ਦੀਆਂ ਟਿਕਟਾਂ ਮਰਜ਼ੀ ਦੇ ਅਹੁਦੇ ਲੈਂਦੇ ਰਹੇ, ਬਿਲਕੁਲ ਗੱਲ ਸੱਚ ਹੈ, ਬਿਲਕੁਲ ਸੱਚ ਹੈ, ਇਹਦੇ 'ਚ ਕੋਈ ਦੋ ਰਾਇ ਨਹੀਂ। ਤੁਸੀਂ ਮੈਨੂੰ ਇਹ ਦੱਸੋ ਕਿ ਕਰਨੈਲ ਸਿੰਘ ਪੀਰ ਮੁਹੰਮਦ ਦੇ ਵਿੱਚ ਕੀ ਘਾਟ ਹੈ, ਇਹਨਾਂ ਨੇ ਆਪ ਹੀ ਟਿਕਟ ਲੈਣੀ ਹੈ, ਇਹਨਾਂ ਦੇ ਬੱਚਿਆਂ ਨੇ ਟਿਕਟ ਲੈਣੀ ਹੈ, ਇਹਨਾਂ ਦੇ ਰਿਸ਼ਤੇਦਾਰਾਂ ਨੇ ਟਿਕਟ ਲੈਣੀ ਹੈ, ਸਾਡੇ ਵਰਗੇ ਕਿੰਨੇ ਸੈਂਕੜੇ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਮਜ਼ਬੂਤੀ ਵਾਸਤੇ, ਤੁਸੀਂ ਮੈਂ ਦੇਖੋ 1995 ਦੀ ਗੱਲ ਹੈ ਜਦੋਂ ਬੇਅੰਤ ਸਿੰਘ ਦੀ ਸਰਕਾਰ ਸੀ ਜੀ, ਗਿੱਦੜਬਾਦ ਵਿੱਚ ਇਲੈਕਸ਼ਨ ਹੋ ਰਿਹਾ ਸੀ, ਤਾਂ ਬੇਅੰਤ ਸਿੰਘ ਨੇ ਸਾਡੇ ਹੀ ਬੰਦਿਆਂ ਨਾਲ ਸਮਝੌਤਾ ਕਰਕੇ ਤੇ ਉੱਥੇ ਮੈਨੂੰ ਹੀ ਖੜਾ ਕਰਨ ਵਾਸਤੇ ਕਿ ਗਿੱਦੜਬਾਦ ਵਿੱਚ 3-4 ਹਜ਼ਾਰ ਵੋਟ ਖਰਾਬ ਹੋ ਜੇ ਤੇ ਅਸੀਂ ਚੋਣ ਜਿੱਤ ਜਾਵਾਂਗੇ, ਤਾਂ ਕੋਸ਼ਿਸ਼ ਕੀਤੀ ਤੇ ਮੈਂ ਉਸ ਵਕਤ ਆਪਣੇ ਸਾਥੀਆਂ ਦੇ ਖਿਲਾਫ ਹੋ ਕੇ ਤੇ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜਿਆ ਕਿ ਨਹੀਂ ਅਸੀਂ ਇਹ ਬੇਅੰਤ ਸਿੰਘ ਦੇ ਸਾਰੇ ਦੇ ਉੱਤੇ ਨਹੀਂ ਚੱਲ ਸਕਦੇ, ਇਹ ਇੱਥੇ ਗਿੱਦੜਬਾਹ ਉਦੋਂ ਕਿਉਂ ਜਿੱਤਿਆ, ਕੌਣ ਮਨਪ੍ਰੀਤ ਸਿੰਘ ਬਾਦਲ ਜਿਹੜਾ ਅੱਜ ਕਾਂਗਰਸੀ ਲੀਡਰ ਬਣਿਆ ਤੇ ਅਸੀਂ ਕਾਂਗਰਸ ਦੇ ਵਿਰੋਧ ਦੇ ਵਿੱਚ ਇਸ ਮਨਪ੍ਰੀਤ ਬਾਦਲ ਦਾ ਉਦੋਂ ਸਾਥ ਦਿੱਤਾ ਕਿ ਅਸੀਂ ਇਸ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣਾ ਤੇ ਉਹ 2-2.5 ਹਜ਼ਾਰ ਵੋਟ ਦੇ ਉੱਤੇ ਜਿੱਤਿਆ, ਉੱਥੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਜਿਵੇਂ ਤੁਸੀਂ ਗੱਲ ਕੀਤੀ ਵੀ ਕਾਂਗਰਸ ਨੂੰ, ਜਿਵੇਂ ਆਹ ਹੁਣ ਵੇਖਿਆ ਆਪਾਂ ਆਮ ਆਦਮੀ ਦੀ ਸਰਕਾਰ ਚੱਲ ਰਹੀ ਹੈ, ਆਪ ਸਰਕਾਰ ਝਾੜੂ ਵਾਲੇ, ਤੇ 1.5-2 ਸਾਲਾਂ ਚ ਇਹਨਾਂ ਨੇ ਲੋਕਾਂ ਨੂੰ ਅਕਾਲੀ ਦਲ ਨੂੰ ਚੰਗੇ ਕਹਿਣ ਲਾ ਦਿੱਤਾ, ਬਿਲਕੁਲ, ਤੇ ਤੁਸੀਂ ਕਹਿੰਦੇ ਵੀ ਕਾਂਗਰਸ ਨੇ ਬੇਅੰਤ ਸਿੰਘ ਨੇ ਬੜਾ ਘਾਣ ਕੀਤਾ, ਪਰ ਆਪਾਂ ਉਦੋਂ ਵੱਧ ਕੇ ਘਾਣ ਕਰਤੇ ਵੀ ਲੋਕ ਕਾਂਗਰਸ ਨੂੰ ਚੰਗਾ ਕਹਿਣ ਲੱਗ ਪਏ, ਬਿਲਕੁਲ, ਮਾਫ਼ੀਨਾਮੇ ਕਿਨੇ, ਸਰਸੇ ਵਾਲਾ ਕਹਿੰਦਾ ਮੈਂ ਮਾਫ਼ੀ ਮੰਗੀ ਨਹੀਂ ਸੀ, ਮੈਂ ਤਾਂ ਵੇਖੋ ਅਕਾਲੀ ਦਲ ਨੇ ਮਾਫ਼ੀ ਦਿੱਤੀ, ਸਵਾਂਗ ਜਿਹੜਾ ਰਚਿਆ ਸ਼ਸ਼ੀ ਕਾਂਤ ਨੇ ਕਹਿ ਦਿੱਤਾ, ਕਹਿ ਰਿਹਾ ਸੀ ਕਿ ਇਹ ਜੇ ਇਹ ਸਿਆਣੇ ਹੁੰਦੇ ਬੰਦੇ, ਜੇ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੁੰਦੇ, ਜਾਂ ਇਹਨਾਂ ਦੇ ਵਿੱਚ ਕੀ ਹਉਮੈ ਆ ਗਈ ਉਹਨੂੰ ਪਾਸੇ ਕਰਕੇ ਅੱਜ ਵੀ ਹੈਗਾ, ਇਹ ਪ੍ਰਧਾਨ ਪਾਰਟੀ ਪ੍ਰਧਾਨ ਨੂੰ ਕਹਿੰਦੇ ਪ੍ਰਧਾਨ ਸਾਹਿਬ ਚੱਲੋ ਆਪਾਂ ਕੌਮ ਦੀਆਂ ਜਿਹੜੀਆਂ ਆਸਾਂ ਮੀਂਦਾਂ ਦੀ ਕਿਰਨ ਬਣ ਕੇ ਆਪਾਂ ਕੌਮ ਦੇ
ਜਿਹੜੇ ਜਜ਼ਬਾਤ ਨੇ ਉਹਨਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਆਪਾਂ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਹੋਈਏ। ਹੋਏ ਨੇ ਬੜੀ ਵਾਰੀ ਹੋਏ ਨੇ ਪਰ ਕੌਮ ਨੇ ਪ੍ਰਵਾਹ ਨਹੀਂ ਕੀਤਾ। ਪਰ ਇਹ ਕਿਵੇਂ ਹੁੰਦੇ ਨੇ ਹੁਣ ਜਿਵੇਂ ਇਹ ਹੋਏ ਨੇ ਇਹ ਜਾ ਕੇ ਆਪਦੀਆਂ ਭੁੱਲਾਂ ਬਖਸ਼ਾਉਂਦੇ ਪਏ ਨੇ ਕਿ ਜੇ ਤੁਸੀਂ ਮੈਨੂੰ ਇਹ ਦੱਸੋ ਇਹ ਇਹ ਕਿਹੜੀ ਭੁੱਲ ਦੀ ਗੱਲ ਕਰਦੇ ਜਦੋਂ ਤੁਸੀਂ ਤੁਸੀਂ ਆਪ ਹੀ ਵਾਅਦਾ ਮਾਫ ਗਵਾਹ ਬਣ ਰਹੇ ਜੇ ਉਸ ਵੇਲੇ ਦੀਆਂ ਘਟਨਾਵਾਂ ਦੇ ਤਾਂ ਫਿਰ ਤੁਹਾਡਾ ਤੁਸੀਂ ਤੁਸੀਂ ਤਾਂ ਸਭ ਤੋਂ ਵੱਡੇ ਦੋਸ਼ੀ ਜੇ। ਤੁਸੀਂ ਵਾਰ ਵਾਰ ਕਿਹੜੀ ਅਜਮਾਈ ਕਰਦੇ ਪਏ ਜੇ 2024 ਤੱਕ ਕਿ ਆਹ ਵੀ ਚੋਣ ਸ਼ਾਇਦ ਜਿੱਤ ਜਾਵਾਂਗੇ ਤੇ ਸ਼ਾਇਦ ਹਾਲਾਤ ਬਦਲ ਜਾਣਗੇ। ਤੁਸੀਂ ਮੈਨੂੰ ਇਹ ਦੱਸੋ 2017 ਤੋਂ ਲੈ ਕੇ ਤੇ 2024 ਤੱਕ ਜੇ ਸ਼੍ਰੋਮਣੀ ਅਕਾਲੀ ਦਲ ਸੱਤਾ ਦੇ ਵਿੱਚ ਆ ਜਾਂਦਾ, ਜੇ ਸ਼੍ਰੋਮਣੀ ਅਕਾਲੀ ਦਲ ਇਹ ਚੋਣਾਂ ਜਿੱਤ ਜਾਂਦਾ ਤੇ ਮਤਲਬ ਕਿ ਫਿਰ ਇਹਨਾਂ ਦਾ ਸਵਾਲ ਨਹੀਂ ਸੀ ਹੈਗਾ।